ਬਿਸਮਿਲ੍ਲਾਹਿਰਰਹਿਮਾਨਿਰਰਹੀਮ ਜੀ, ਅਸਲਾਮੁ ਅਲੈਕੁਮ। ਕੀ ਹਾਲ ਚਾਲ ਨੇ ਤੁਹਾਡੇ? ਉਮੀਦ ਕਰਨੇ ਤੁਸੀਂ ਖਰੀਅਤ ਨਾਲ ਹੋਵੋਗੇ, ਅੱਲਾਹ ਪਾਕ ਜੀ ਤੁਹਾਨੂੰ ਆਪਣੀ ਜ਼ਮਾਨ 'ਚ ਰੱਖੇ। ਅੱਛਾ ਜੀ, ਅੱਜ ਜਿਹੜਾ ਨਾ ਤੁਸੀਂ ਮੇਰੇ ਹੱਥ 'ਚ ਦੇਖ ਰਹੇ ਹੋਵੋਗੇ ਕਿ ਸਪਰੇਅ ਵਾਲੀ ਮੈਂ ਫੜੀ ਹੋਈ ਹੈ ਟੈਂਕੀ, ਠੀਕ ਹੈ। ਅੱਜ ਅਸੀਂ ਲੱਗੇ ਹਾਂ ਸਪਰੇਅ ਕਰਨ, ਅਤੇ ਕਿਹਨੂੰ ਸਪਰੇਅ ਕਰਨ ਲੱਗੇ ਹਾਂ, ਕਾਹਦੇ ਵਾਸਤੇ ਸਪਰੇਅ ਕਰਨ ਲੱਗੇ ਹਾਂ, ਇਹ ਸਾਰੀ ਜਿਹੜਾ ਨਾ ਤੁਹਾਡੇ ਨਾਲ ਅਸੀਂ ਆਪਣੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ, ਠੀਕ ਹੈ। ਲਓ ਜੀ, ਅਸੀਂ ਆ ਗਏ ਹਾਂ ਪਾਣੀ ਦੇ ਕੋਲ, ਠੀਕ ਹੈ। ਇੱਥੇ ਅਸੀਂ ਟੈਂਕੀ ਲੈ ਕੇ ਆਉਂਦੀ ਹੈ, ਉਹਦੇ ਵਾਸਤੇ ਜਿਹੜੀ ਸਪਰੇਅ ਅਸੀਂ ਕਰਨੀ ਉਹ ਲੈ ਕੇ ਆਉਂਦੀ, ਠੀਕ ਹੈ। ਅਤੇ ਸਪਰੇਅ ਅਸੀਂ ਕਿਹਨੂੰ ਕਰਨ ਲੱਗੇ ਹਾਂ, ਸਪਰੇਅ ਕਰਨ ਲੱਗੇ ਅਸੀਂ ਜਵਾਰ ਨੂੰ। ਅਤੇ ਕੁਛ ਮੌਸਮ ਇਸ ਤਰ੍ਹਾਂ, ਤੁਹਾਨੂੰ ਪਤਾ ਹੁਣ ਜਿਹੜੇ ਨਾ ਮਾਲ ਡੰਗਰ ਨੂੰ ਜਵਾਰੀ ਤਿਆਰ ਕਰਕੇ ਉਹੀ ਪਾਈ ਜਾਣੀ ਹੈ, ਅਤੇ ਜਵਾਰ ਨੂੰ ਅਸੀਂ ਸਪਰੇਅ ਕਰਨ ਲੱਗੇ ਹਾਂ ਉਹਦੇ ਵਾਸਤੇ, ਕੀੜੀ ਵਾਸਤੇ, ਠੀਕ ਹੈ। ਕੀੜੀ ਜਿਹੜੀ ਹੈ ਨਾ ਜਵਾਰ ਨੂੰ ਅਗਰ ਲੱਗ ਜੇ ਨਾ, ਫਿਰ ਉਹਦੇ ਜਿਹੜੇ ਨਾ ਪੱਤੇ ਜਾਂ ਜਵਾਰ ਦੀ ਜਿਹੜੀ ਗਰੋਥ ਹੁੰਦੀ ਹੈ ਨਾ, ਉਹ ਨਹੀਂ ਵਧਣ, ਬੂਟੇ ਦੀ ਮਤਲਬ ਕਿ ਗਰੋਥ ਨਹੀਂ ਹੋਣ ਦਿੰਦੀ, ਇਸ ਵਜ੍ਹਾ ਤੋਂ ਜਿਹੜਾ ਨਾ ਅਸੀਂ ਉਹਨੂੰ ਪਾਉਣ ਲੱਗੇ ਹਾਂ। ਅਤੇ ਨਾਲ ਨਾਲ ਅਸੀਂ ਤਿਆਰ ਕਰਦੇ ਜਾਂਦੇ, ਨਾਲ ਨਾਲ ਜਿਹੜਾ ਨਾ ਮਜ਼ੀਦ ਤੁਹਾਡੇ ਨਾਲ ਗੱਲਾਂ ਸ਼ੇਅਰ ਕਰਦੇ ਜਾਵਾਂਗੇ, ਠੀਕ ਹੈ। ਇਹ ਅਸੀਂ ਇਹਦੇ 'ਚ ਪਾ ਲਈਏ। ਕਰਨ ਨੂੰ ਤਾਂ ਹੋਰ ਵੀ ਬਾਈ ਹੋਰੀ ਵੀ ਇੱਥੇ ਮੌਜੂਦ ਹੈ ਨੇ, ਲੇਕਿਨ ਜਿਹੜਾ ਨਾ ਮੇਰਾ ਇਰਾਦਾ ਸੀ ਕਿ ਮੈਂ ਖੁਦ ਆਪ ਜਿਹੜਾ ਨਾ ਅੱਜ ਸਪਰੇਅ ਕਰਾਂ, ਮੇਰਾ ਦਿਲ ਕਰਦਾ ਪਿਆ ਸੀ। ਜਵਾਰ ਛੋਟੀ ਛੋਟੀ ਹੈ, ਅਤੇ ਅਗਰ ਥੋੜ੍ਹੀ ਵੱਡੀ ਹੋਣਾ ਫਿਰ ਨਹੀਂ ਮੈਂ ਵੱਢਦੀ, ਹੋਈ ਗਰਮੀ ਬਹੁਤ ਜ਼ਿਆਦਾ ਇਸ ਵਜ੍ਹਾ ਤੋਂ। ਅਤੇ ਮਾਸ਼ਾਅੱਲਾ ਜਿੰਨੀ ਕੁ ਗਰਮੀ ਪੈਂਦੀ ਵੀ ਹੈ ਤੁਸੀਂ ਉਧਰ ਅੰਦਾਜ਼ਾ ਕਰ ਸਕਦੇ ਹੋ ਕਿ ਲੋਕ ਜਿਹੜੇ ਨਾ ਨਹਾ ਰਹੇ ਨੇ, ਅਤੇ ਡੰਗਰ ਜਿਹੜੇ ਨੇ ਨਾ ਉਹ ਵੀ ਅਸੀਂ ਲਿਆ ਕੇ ਅਤੇ ਪਾਣੀ 'ਚ ਬਿਠਾ ਦਿੱਤੇ ਹੋਏ ਨੇ, ਠੀਕ ਹੈ। ਅਤੇ ਅਸੀਂ ਕਿਹਾ ਚਲੋ ਜਿੰਨੀ ਦੇਰ ਡੰਗਰਾਂ ਨੇ ਪਾਣੀ 'ਚ ਬਹਿਣਾ ਨਾ, ਅਤੇ ਉੰਨੀ ਦੇਰ ਅਸੀਂ ਜਿਹੜਾ ਨਾ ਇਹਨੂੰ ਸਪਰੇਅ ਜਿਹੜਾ ਨਾ ਮੈਂ ਕਰ ਲਈਏ, ਕੰਮ ਮੁੱਕ ਜੇ ਤਾਂ ਕਿ। ਲਓ ਜੀ, ਦਵਾਈ ਜਿਹੜੀ ਅਸੀਂ ਇਹਦੇ 'ਚ ਪਾ ਦਈਏ, ਇਹ ਹੁਣ ਅਸੀਂ ਰੱਖਾਂਗੇ ਥੋੜ੍ਹੀ ਦੂਰ ਕਰਕੇ, ਠੀਕ ਹੈ। ਹੁਣ ਇਹਦੇ 'ਚ ਜਿੰਨਾ ਕੁ ਪਾਣੀ ਮੇਰੇ ਕੋਲ ਚੁੱਕਿਆ ਜਾਏਗਾ, ਉਸ ਮਿਕਦਾਰ ਨਾਲ ਹੀ ਮੈਂ ਇਹਦੇ ਅੰਦਰ ਦਵਾਈ ਪਾਈ ਹੈ, ਠੀਕ ਹੈ। ਹੁਣ ਉਸੇ ਹਿਸਾਬ ਦੇ ਨਾਲ ਮੈਂ ਇਹਦੇ ਅੰਦਰ ਪਾ ਲਾਂਗੀ ਪਾਣੀ, ਕਿਉਂਕਿ ਮਾਸ਼ਾਅੱਲਾ ਬਾਈ ਹੁਰੀ ਕਰਦੇ ਫੁੱਲ ਫੁੱਲ ਟੈਂਕੀਆਂ ਭਰ ਲੈਂਦੇ, ਲੇਕਿਨ ਮੈਂ ਫੁੱਲ ਫੁੱਲ ਟੈਂਕੀ ਭਰ ਕੇ ਤਾਂ ਨਹੀਂ ਕਰਾਂਗੀ, ਲੇਕਿਨ ਜਿੰਨਾ ਕੁ ਚੁੱਕ ਸਕਦੇ ਹਾਂ ਇਹਦੇ ਅੰਦਰ ਜਿਹੜਾ ਨਾ ਅਸੀਂ ਪਾਣੀ ਪਾ ਲਾਂਗੇ, ਠੀਕ ਹੈ। ਲਓ ਜੀ, ਇਹ ਹੁਣ ਅਸੀਂ ਇਹਦੇ ਅੰਦਰ ਪਾ ਲੈਣਾ ਪਾਣੀ ਅੰਦਾਜ਼ੇ ਦੇ ਨਾਲ, ਕੁਛ ਗਰਮੀ ਇੰਨੀ ਕੁ ਜ਼ਿਆਦਾ ਨਾ ਕਿ ਅੱਜ ਕਾਫੀ ਦਿਨ ਹੋ ਗਏ ਨੇ। ਇਹ ਤੁਸੀਂ ਇਸ ਤਰ੍ਹਾਂ ਵੀ ਦੇ ਸਕਦੇ, ਇੱਧਰ ਵੀ ਸਾਡੇ ਜਵਾਰੀ ਲੱਗੀ ਹੋਈ ਹੈ, ਇਹ ਵੀ ਮਾਸ਼ਾਅੱਲਾ ਕਾਫੀ ਅੱਛੀ ਹੋਈ ਹੈ। ਅਤੇ ਇਸੀ ਵਜ੍ਹਾ ਤੋਂ ਅਸੀਂ ਕਿਹਾ ਜਿਹੜੀ ਹੁਣ ਲਗਾਈਏ ਨਾ, ਜਲਦੀ ਜਲਦੀ ਨਾ ਇਹਦੇ ਨਾਲ ਹੀ ਜਿਹੜਾ ਨਾ ਉਹਨੂੰ ਵੀ ਤਿਆਰ ਕਰ ਲਈਏ। ਲਓ ਵੀ ਉਹਨਾਂ ਕੁ ਮੈਂ ਪਾਣੀ ਇਹਦੇ 'ਚ ਪਾ ਲਿਆ, ਜਿੰਨਾ ਕੁ ਪਾਣੀ ਜਿਹੜਾ ਸੀ ਨਾ ਮੈਂ ਚੁੱਕ ਸਕਦੀ ਸੀ, ਠੀਕ ਹੈ। ਥੋੜ੍ਹਾ ਜਿਹਾ ਹੋਰ ਪਾ ਹੀ ਲਈਏ ਅਸੀਂ, ਤਾਂ ਕਿ ਮੈਨੂੰ ਬਾਰ ਬਾਰ ਚੱਕਰ ਜਿਹੜਾ ਨਾ ਨਾ ਲਾਉਣਾ ਪਵੇ। ਇਹ ਹੁਣ ਅਸੀਂ ਇਹਨੂੰ ਕਰ ਲਾਂਗੇ ਬੰਦ, ਚੰਗੀ ਤਰ੍ਹਾਂ ਇਹਦਾ ਢੱਕਣ ਬੰਦ ਕਰ ਲਈਏ, ਠੀਕ ਹੈ। ਇਹ ਬੈਲਟ ਲਗਾ ਲਾਂਗੇ ਇੱਕ ਲੱਗਿਆ ਇਹਦਾ। ਅੱਛਾ ਜੀ, ਸਪਰੇਅ ਮੈਂ ਤਿਆਰ ਕਰਕੇ ਨਾ ਬਹਿ ਕੇ ਮੈਂ ਬੜੇ ਇਤਮਾਨ ਦੇ ਨਾਲ ਜਿਹੜਾ ਨਾ ਇਹਨੂੰ ਨਾ ਮੈਂ ਟੈਂਕੀ ਨੂੰ ਪਾਇਆ, ਠੀਕ ਹੈ। ਇਸ ਤੋਂ ਬਾਅਦ ਹੁਣ ਜਿਹੜਾ ਨਾ ਅਸੀਂ ਜਾ ਰਹੇ ਹਾਂ ਜਵਾਰ ਵੱਲ, ਉਹਦੇ ਜਾ ਕੇ ਅਸੀਂ ਆਪਣਾ ਕਰਨੀ ਸ਼ੁਰੂ ਕਰਦੇ ਹਾਂ। ਲੋ ਵੀ, ਅੱਜ ਕੱਲ੍ਹ ਜਿਹੜਾ ਨਾ ਐਡੀਆਂ ਭੰਬੀਰੀਆਂ ਉੱਡਦੀਆਂ ਪਈਆਂ ਨਾ, ਅਸੀਂ ਤਾਂ ਬੜੀਆਂ ਜ਼ਿਆਦਾ ਵੈਸੇ ਭੰਬੀਰੀਆਂ ਫੜੀਆਂ ਹੋਈਆਂ ਨੇ। ਉਦੋਂ ਨਾ ਜਿੱਥੇ ਕਿਤੇ ਕੋਈ ਲੱਕੜਾਂ ਵਗੈਰਾ ਪਈਆਂ ਹੁੰਦੀਆਂ ਸੀ ਨਾ, ਦੁਪਹਿਰ ਮਾਵਾਂ ਵੈਸੇ ਨਹੀਂ ਸਾਨੂੰ ਫੜਨ ਦਿੰਦੀਆਂ, ਕਹਿੰਦੇ ਅਸੀਂ ਬੇਜ਼ੁਬਾਨ ਇਹਨਾਂ ਨੂੰ ਫੜ ਕੇ ਤੁਸੀਂ ਮਾਰ ਦਿੰਦੇ ਹੋ। ਜਦੋਂ ਕੋਈ ਦੁਪਹਿਰ ਹੋਣੀ ਹੈ ਪਤਾ ਇਹਨਾਂ ਕਿ ਸੁੱਤੇ ਨੇ, ਫਿਰ ਅਸਾਂ ਬੱਚਿਆਂ ਬੱਚਿਆਂ ਨਿਕਲ ਗਿਆ ਫੜਦੇ ਹੁੰਦੀਆਂ ਸਨ, ਬੜਾ ਮਜ਼ਾ ਆਉਂਦਾ ਸੀ। ਲਓ ਬਈ, ਅਸੀਂ ਆ ਗਏ ਇੱਥੇ ਜਿੱਥੇ ਸਪਰੇਅ ਕਰਨੀ ਹੈ। ਇਹ ਅਸੀਂ ਜਵਾਰ ਲਾਈ ਹੋਈ ਹੈ, ਠੀਕ ਹੈ। ਅਤੇ ਇਹ ਜਿਹੜੇ ਇਹਨਾਂ ਲੱਗੇ ਹੋਏ ਨੇ, ਕੀ ਨਾਮ ਲਿਦਾ ਦਾ ਜਾਮਨੂਆਂ ਦਾ ਬੂਟਾ ਇਹਨਾਂ 'ਤੇ ਦੇਖ ਰਹੇ ਤੁਸੀਂ। ਇਹ ਤਾਂ ਲੋਕ ਜਿਹੜੇ ਨਾ ਜਾਮਨੂ ਜਦੋਂ ਮਤਲਬ ਕਿ ਤਰੋੜਰ ਆਉਂਦੇ ਨੇ ਨਾ, ਇੰਨੀ ਇੰਨੀ, ਅਤੇ ਇਸ ਵਜ੍ਹਾ ਤੋਂ ਖਰਾਬ ਕੀਤੀ ਹੋਈ ਹੈ, ਠੀਕ ਹੈ। ਅਤੇ ਇਹ ਨਾ ਛੋਟੀ ਛੋਟੀ ਹੈ, ਇਹ ਤਾਂ ਇਰਦ ਗਿਰਦ ਦੇਖ ਸਕਦੇ ਹੋ ਜਵਾਰਾਂ ਲਗਾਈਆਂ ਹੋਈਆਂ ਨੇ। ਅਤੇ ਸਾਡਾ ਇਰਾਦਾ ਹੈ ਕਿ ਇਹ ਵੀ ਜਿਹੜੀ ਹੈ ਨਾ ਜਲਦੀ ਜਲਦੀ ਜਿਹੜੀ ਨਾ ਤਿਆਰ ਹੋ ਜਾਵੇ ਦੇ ਨਾਲ ਹੀ, ਠੀਕ ਹੈ।
ਇਸ ਵਜ੍ਹਾ ਤੋਂ ਜਿਹੜਾ ਕੁਛ ਅਸੀਂ ਇਹਨੂੰ ਸਪਰੇਅ ਕਰ ਰਹੇ ਹਾਂ। ਜੈਸਾ ਕਿ ਤੁਹਾਨੂੰ ਦੱਸਿਆ ਕਿ ਕੀੜੀ ਦੀ ਵੀ ਇਹ ਨਾਲ ਅਤੇ ਨਾਲ ਬੂਟੇ ਦੀ ਨਸ਼ੁਨੁਮਾ ਅੱਛੀ ਹੋ ਜਾਏਗੀ, ਬੂਟਾ ਜਲਦੀ ਵੱਡਾ ਹੋ ਜਾਂਦਾ ਕਿਉਂਕਿ ਕੀੜੀ ਜਦੋਂ ਲੱਗੀ ਹੁੰਦੀ ਹੈ ਨਾ ਇਹ ਬੂਟਾ ਵੀ ਵਧਣ ਨਹੀਂ ਦਿੰਦੀ ਹੈ, ਇਸ ਵਜ੍ਹਾ ਤੋਂ ਜਿਹੜਾ ਨਾ ਕਰਦੇ ਪਏ ਹਾਂ। ਠੀਕ ਹੈ, ਇੱਥੇ ਮਾਸ਼ਾਅੱਲਾ ਸਾਡੇ ਹੋਰ ਵੀ ਕਾਫੀ ਜ਼ਿਆਦਾ ਪੌਦੇ ਲੱਗੇ ਹੋਏ ਨੇ। ਇਹ ਦੇਖੋ ਅੰਬ ਦਾ ਪੌਦਾ ਲੱਗਿਆ, ਕੁਛ ਦਿਨ ਪਹਿਲੇ ਹੀ ਖਤਮ ਹੋਏ ਨੇ, ਇੱਥੋਂ ਅੰਬ ਅਸੀਂ ਤੋੜ ਕੇ ਇੱਥੋਂ ਖਾਂਦੇ ਰਹੇ ਹਾਂ, ਕੱਚੇ ਕੱਚੇ ਅੰਬ। ਗਰਮੀ ਦੀ ਸ਼ਿੱਦਤ ਇੰਨੀ ਕੁ ਜ਼ਿਆਦਾ ਹੈ ਕਿ 2-3 ਦਿਨ ਤੋਂ ਸੂਰਜ ਵੀ ਨਹੀਂ ਨਿਕਲ ਰਿਹਾ, ਬੱਦਲ ਵੀ ਬਣੇ ਹੋਏ ਆ ਕਾਫੀ ਜ਼ਿਆਦਾ। ਠੀਕ ਹੈ, ਅਤੇ ਦਰਖਤ ਦਾ ਪੱਤਾ ਵੀ ਨਹੀਂ ਹਿੱਲਾ ਪਿਆ ਹੈ ਕਿ ਹਵਾ ਹੀ ਚੱਲੇ, ਇੰਨੀ ਕੁ ਤੁਸੀਂ ਅੰਦਾਜ਼ਾ ਲਾ ਸਕਦੇ ਜੇ ਹਵਾ ਨਹੀਂ ਚੱਲੇਗੀ ਤੇ ਹਬਸ ਹੀ ਹੋਣੀ ਨਾ, ਹਬਸ ਹੋਏ ਆਕਸੀਜਨ ਹੀ ਨਹੀਂ ਮਿਲਦਾ, ਸਾਹ ਬੰਦ ਹੋਈ ਜਾਂਦਾ ਵਾਰ 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 ਕੀ ਬੰਦ, ਸਾਹ ਲੈਣਾ ਹੀ ਔਖਾ ਪੱਖਿਆਂ ਤੋਂ ਬਗੈਰ ਫਿਰ ਤੇ, ਕਿਉਂਕਿ ਹਵਾ ਤੇ ਤਾਜ਼ਾ ਹਵਾ ਚੱਲ ਹੀ ਨਹੀਂ ਰਹੀ ਹੁੰਦੀ ਇਸ ਵਜ੍ਹਾ ਤੋਂ। ਜੀ ਇੱਥੇ ਅਸੀਂ ਅੱਛੀ ਤਰ੍ਹਾਂ ਤਰ੍ਹਾਂ, ਇਹ ਵੀ ਸਾਡੇ ਮਾਸ਼ਾਅੱਲਾ ਜਾਮਨੂਆਂ ਦਾ ਬੂਟਾ ਲੱਗਿਆ ਹੋਇਆ, ਇਹ ਇੱਕ ਅੰਬ ਦਾ ਬੂਟਾ ਲੱਗਿਆ ਤਿਆਰ ਹੋ ਰਿਹਾ ਹਲੇ, ਛੋਟੇ ਨੇ। ਅੱਲਾਹ ਵਾਹ ਖੈਰ ਕਰੇ, ਤੇ ਅੱਜ ਵੀ ਸੁਬਹਾ ਦੇ ਮੌਸਮ ਖਰਾਬ ਹੈ, ਬੱਦਲ ਬੱਦਲ ਬਣਿਆ ਹੈ, ਲੇਕਿਨ ਹਵਾ ਨਾ ਚੱਲਣ ਦੀ ਵਜ੍ਹਾ ਤੋਂ ਹਬਸ ਤੇ ਗਰਮੀ ਬਹੁਤ ਜ਼ਿਆਦਾ ਜਿਹੜੀ ਹੈ ਨਾ ਹੋਈ ਹੈ। ਲੋ ਵੀ ਜਿਹੜਾ ਨਾ ਅਸੀਂ ਸਪਰੇ ਕਾਫੀ ਹੱਦ ਤੱਕ ਜਿਹੜੀ ਹੈ ਨਾ ਕਰ ਦਿੱਤੀ ਹੈ। ਠੀਕ ਹੈ, ਬਾਕੀ ਅੱਲਾਹ ਪਾਕ ਖੈਰ ਕਰੇ ਜਿਹਦੇ ਵਾਸਤੇ ਵੀ ਕੀਤੀ ਹੈ, ਚਲੋ ਜੀ ਅੱਛੀ ਅੱਛੀ ਹੋ ਜੇ। ਬਾਕੀ ਬਹੁਤ ਸਾਰੇ ਲੋਕ ਜਿਹੜੇ ਨੇ ਨਾ ਮੇਰੀ ਵੀਡੀਓ ਤੇ ਅਕਸਰ ਕਮੈਂਟ ਹੁੰਦੇ ਨੇ ਕਿ ਇਹ ਕੰਮ ਜਿਹੜਾ ਨਾ ਤੁਸੀਂ ਜਾਣ ਬੁੱਝ ਕੇ ਕਰਦੇ ਹੋ, ਦਿਖਾਵੇ ਵਾਸਤੇ ਵੀਡੀਓ ਦੀ ਹੱਦ ਤੱਕ ਕਰਦੇ ਜੋ ਵੀ, ਠੀਕ ਹੈ ਇਸ ਤਰ੍ਹਾਂ ਕਰਦੇ ਹੋ, ਲੇਕਿਨ ਦੇਖੋ ਇਹ ਚੀਜ਼ ਨਹੀਂ ਦੇਖਦੇ ਕਿ ਕੋਈ ਬੰਦਾ ਕਿੰਨੀ ਕੁ ਮਿਹਨਤ ਕਰ ਰਿਹਾ, ਠੀਕ ਹੈ ਉਹਦੀ ਕੀ ਸਟਰਗਲ ਹੈ ਇਸ ਚੀਜ਼ ਦੇ ਉੱਤੇ। ਮੈਂ ਗਲਤ ਕੰਮ ਮਤਲਬ ਵੀਡੀਓ ਤੱਕ ਕਰਨੀ ਆ ਜਾਂ ਜਿਸ ਤਰ੍ਹਾਂ ਵੀ ਕਰਨੀ ਆ ਜਾਂ ਸਹੀ ਮੈਂ ਰੀਅਲ ਲਾਈਫ 'ਚ ਵੀ ਆਪਣੇ ਜਿਹਾ ਕੰਮ ਕਰ ਰਹੀ ਹਾਂ ਮੈਨੂੰ ਪਤਾ, ਠੀਕ ਹੈ ਇਹ ਮੇਰਾ ਕੋਈ ਦੱਸਣਾ ਉਹਨਾਂ ਲੋਕਾਂ ਨੂੰ ਜ਼ਰੂਰੀ ਨਹੀਂ। ਬਾਕੀ ਜਿਹੜੇ ਅੱਛੇ ਜਾਂ ਬੁਰੇ ਕਮੈਂਟ ਕਰਨ ਵਾਲੇ ਲੋਕ ਨੇ ਉਹਨਾਂ ਵਾਸਤੇ ਇਹੀ ਹੈ ਕਿ ਜੈਸੀ ਸੋਚ ਹੁੰਦੀ ਹੈ ਵੈਸੀ ਇਨਸਾਨ ਗੱਲ ਕਰਦੇ, ਠੀਕ ਹੈ ਅਗਰ ਬੰਦੇ ਦੀ ਸੋਚ ਪੋਜ਼ਿਟਿਵ ਹੈ ਨਾ ਉਹਨੂੰ ਹਰ ਇੱਕ ਬੰਦਾ ਕੋਈ ਗਲਤ ਵੀ ਬੰਦਾ ਉਹਨੂੰ ਸਹੀ ਹੀ ਲੱਗ ਰਿਹਾ ਹੈਗਾ, ਠੀਕ ਹੈ ਕਿਉਂਕਿ ਉਹਦੀ ਸੋਚ ਅੱਛੀ ਹੋਏਗੀ, ਉਹਦੀ ਪਰਵਰਿਸ਼ ਅੱਛੀ ਹੋਈ ਹੋਈ ਹੈ। ਠੀਕ ਹੈ, ਬਾਕੀ ਜੋ ਲੋਕ ਸਮਝਦੇ ਨੇ ਕੋਈ ਬੁਰਾ ਕਮੈਂਟ ਕਰ ਦਿੰਦੇ ਨੇ, ਇਹ ਵੀ ਮੈਂ ਕਹਿੰਦੀ ਹਾਂ ਉਹਨਾਂ ਦਾ ਜ਼ੇਨ, ਜੈਸੀ ਉਹਨਾਂ ਦੀ ਪਰਵਰਿਸ਼ ਹੋਈ ਵੈਸਾ ਉਹਨਾਂ ਨੇ ਮੂੰਹਾਂ 'ਚੋਂ ਅਲਫਾਜ਼ ਕੱਢਤੇ। ਠੀਕ ਹੈ, ਤੁਹਾਡੇ ਇਖਲਾਕ ਦੀ ਸਮਝ ਤਾਂ ਤੁਹਾਡੀ ਜ਼ੁਬਾਨ ਤੋਂ ਹੀ ਸਮਝ ਆਉਂਦੀ ਨਾ, ਠੀਕ ਹੈ ਤੁਹਾਡੇ ਕਰਤਾਰ ਦੀ ਸਮਝ ਤੁਹਾਡੀ ਜ਼ੁਬਾਨ ਤੋਂ ਪਤਾ ਚੱਲਦਾ, ਤੁਹਾਡੇ ਅਲਫਾਜ਼ਾਂ ਦੇ ਚੁਣਾਵ ਤੋਂ ਪਤਾ ਚੱਲਦਾ ਕਿ ਤੁਹਾਡੀ ਕਿੰਨੀ ਕੁ ਅੱਛੀ ਪਰਵਰਿਸ਼ ਹੋਈ ਹੋਈ, ਕਿੰਨਾ ਕੁ ਅੱਛੇ ਮਤਲਬ ਕਿ ਇਨਸਾਨੀਅਤ ਦੇ ਤੁਸੀਂ ਮਾਲਕ ਹੋ। ਠੀਕ ਹੈ, ਬਾਕੀ ਮੈਨੂੰ ਇਹਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ, ਬਹੁਤ ਸਾਰੇ ਕਮੈਂਟ ਹੁੰਦੇ ਨੇ ਮੈਂ ਬਾਜ਼ੂਕਾ ਸੋਚੀਏ ਕਿ ਨਹੀਂ ਫਾਇਦਾ ਹੀ ਨਹੀਂ ਹੈ ਜਵਾਬ ਦੇਣ ਦਾ, ਕਿਸ ਕਿਸ ਨੂੰ ਬੰਦਾ ਜਵਾਬ ਦੇ, ਕਿਉਂਕਿ ਜਿਹਦੀ ਜਿਹਦੀ ਜੈਸੀ ਜੈਸੀ ਸੋਚ ਵੈਸਾ ਵੈਸਾ ਉਹ ਕਰੀ ਜਾਂਦਾ, ਕੋਈ ਗੱਲ ਨਹੀਂ ਮੈਨੂੰ ਇਹਨਾਂ ਚੀਜ਼ਾਂ ਨਾਲ ਕੋਈ ਉਹ ਨਹੀਂ ਲੱਗਦਾ, ਕਿਉਂਕਿ ਜਿਹੜੇ ਗਲਤ ਕਮੈਂਟ ਕਰਦੇ ਨੇ ਸਗੋਂ ਉਹਨਾਂ ਨੂੰ ਦੇਖ ਕੇ ਸਾਡੇ ਅੰਦਰ ਹੋਰ ਜ਼ਿਆਦਾ ਨਾ ਕੁਛ ਅੱਛਾ ਕਰਨ ਦੀ, ਕੁਛ ਮਤਲਬ ਕਿ ਆਪਣੇ ਆਪ ਨੂੰ ਹੋਰ ਜ਼ਿਆਦਾ ਕਾਮਯਾਬੀ ਦੀ ਤਰਫ ਲਿਜਾਣ ਦੀ ਇੱਕ ਸਾਡੇ ਅੰਦਰ ਨਵੀਂ ਉਮੀਦ ਜਾਗ ਜਾਂਦੀ ਹੈ, ਇੱਕ ਨਵੀਂ ਮਤਲਬ ਕਿ ਹਿੰਮਤ ਪੈਦਾ ਹੋ ਜਾਂਦੀ ਹੈ ਕਿ ਫਿਰ ਅਸੀਂ ਜਿਹੜਾ ਕਹਿੰਦੇ ਹਾਂ ਕਿ ਨਹੀਂ ਅਸੀਂ ਆਪਣੇ ਆਪ ਨੂੰ ਹੋਰ ਜ਼ਿਆਦਾ ਬਿਹਤਰ ਕਰਕੇ ਟੁਰੀਏ ਬਈ। ਲੋਕ ਜਿਹੜੇ ਨਾ ਸਾਡੇ ਕਾਫੀ ਜ਼ਿਆਦਾ ਮਤਲਬ ਕਿ ਇਸ ਤਰ੍ਹਾਂ ਦੇ ਵੀ ਆਏ ਨੇ ਕਿ ਜਿਹਨਾਂ ਨੂੰ ਸਾਡਾ ਕੰਮ ਸਹੀ ਆ ਗਲਤ ਲੱਗ ਰਿਹਾ। ਠੀਕ ਹੈ, ਅੱਛਾ ਜੀ ਸਪਰੇਅ ਦਾ ਜਿਹੜਾ ਨਾ ਕੰਮ ਨਿਪਟਾ ਲਿਆ, ਜੈਸਾ ਕਿ ਮੈਂ ਤੁਹਾਨੂੰ ਪਹਿਲੇ ਸ਼ੁਰੂ 'ਚ ਵੀ ਦੱਸਿਆ ਸੀ ਕਿ ਜਿਹੜੀਆਂ ਨਾ ਡੰਗਰ ਅਸੀਂ ਵਾੜੇ ਨੇ ਪਾਣੀ 'ਚ ਅਸੀਂ ਲੱਗ ਗਏ ਸਪਰੇਅ ਕਰਨ, ਲਿਹਾਜ਼ਾ ਸਪਰੇਅ ਦਾ ਕੰਮ ਸਾਡਾ ਗਿਆ ਮੁੱਕ ਕਿਉਂਕਿ ਥੋੜ੍ਹੀ ਜਿਹੀ ਜਗ੍ਹਾ ਸੀ ਜਿਹਨੂੰ ਅਸੀਂ ਕਰਨੀ ਸੀ, ਅਤੇ ਬਾਕੀ ਹੁਣ ਜਿਹੜਾ ਨਾ ਅਸੀਂ ਆ ਗਏ ਜੀ ਇੱਧਰ, ਕਾਫੀ ਜ਼ਿਆਦਾ ਹੱਬਸ ਅਤੇ ਗੁੰਮਾ ਸੀ, ਇਸ ਬੜੀ ਜ਼ਿਆਦਾ ਗਰਮੀ ਲੱਗਦੀ ਵੀ ਸੀ, ਮੈਂ ਕਿਹਾ ਚਲੋ
ਕੀ ਨਾਮ ਲਿਆ, ਥੋੜ੍ਹਾ ਜਿਹਾ ਪਾਣੀ ਦਾ ਮਜ਼ੇ ਮੈਂ ਵੀ ਲੁੱਟ ਲਾ, ਮੈਂ ਵੀ ਥੋੜ੍ਹਾ ਜਿਹਾ ਜਿਹੜਾ ਨਾ ਨਹਾ ਕੇ ਅਤੇ ਫਿਰ ਜਾਂਦੀ ਹਾਂ, ਠੀਕ ਹੈ। ਅਤੇ ਬਾਕੀ ਜਿਹੜਾ ਨਾ ਅੱਜ ਦਾ ਵਲੌਗ ਤੁਹਾਨੂੰ ਸਾਡਾ ਕੈਸਾ ਲੱਗਿਆ ਤੁਸੀਂ ਲਾਜ਼ਮੀ ਕਮੈਂਟ ਕਰਕੇ ਦੱਸਣਾ, ਇੱਕ ਵਧੀਆ ਜੀ ਵੀਡੀਓ ਲੈ ਕੇ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ। ਸਾਨੂੰ ਦਿਓ ਇਜਾਜ਼ਤ, ਰੱਬ ਰੱਖ।